ਪਤਾ ਹਰ ਰੋਜ਼ ਕੋਈ ਨਾ ਕੋਈ ਪੰਗਾ ਪਿਆ ਹੀ ਰਹਿੰਦਾ। ਆਹ ਦੇਖੋ ਅੱਜਾ ਪੰਗੇ ਵਰਗੀ ਸ਼ਕਲ ਲੈ ਕੇ ਮੂੰਹ ਅੰਦਰ ਵੜਿਆ ਆ। ਉਹ ਪੁੱਤਰ ਤੇਰਾ ਨਾਂ ਦੱਸ ਸਭ ਤੋਂ ਪਹਿਲਾਂ ਕੀ? ਜੇ ਮੈਂ ਆਪਣੇ ਚਾਚੇ ਦਾ ਨਾਂ ਦੱਸਤਾ ਤੇ ਤੁਸੀਂ ਡਰ ਜਾਣਾ? ਮੈਂ ਤੈਨੂੰ ਤੇਰਾ ਨਾਂ ਪੁੱਛਿਆ, ਤੂੰ ਚਾਚੇ ਦਾ ਦੱਸੇ? ਮਾਮੇ ਦਾ ਦੱਸਦੇ ਨਹੀਂ ਡਰਦੇ ਫਿਰ? ਮਾਮੇ ਦਾ ਦੱਸਣਾ ਜੀ ਮੈਂ ਪਹਿਲਾ ਨਾਂ। ਆਪਣਾ ਨਾਂ ਕਿਉਂ ਨਹੀਂ ਦੱਸਣਾ ਤੂੰ? ਮੇਰਾ ਨਾਂ ਜੀ ਯਾਦ ਨਹੀਂ ਹੋਣਾ ਜੀ। ਆਪਣਾ ਨਾਂ ਬੰਦੇ ਨੂੰ ਯਾਦ ਨਹੀਂ ਹੁੰਦਾ? ਤਾਂ ਹੀ ਮਾਮੇ ਚਾਚਿਆਂ ਨੂੰ ਦੱਸੀ ਜਾਂਦਾ ਜੀ। ਓਏ ਤੂੰ ਕੀ ਚਾਹੁੰਦਾ? ਮੇਰਾ ਨਾਂ ਜੀ ਕੱਟ ਪਾਪਾ। ਪਹਿਲੇ ਕੱਟ ਪਾ ਹੀ ਹੁਣ ਕੱਟ ਪਾਪਾ ਹੋ ਗਿਆ। ਕੱਟ ਪਾ ਹੀ ਕਿਹਾ ਸੀ ਪਹਿਲਾਂ, ਕੱਟ ਪਾ ਪਾ ਪਾ। ਪੁੱਤਰ ਉੱਦਾਂ ਤਾਂ ਨਹੀਂ ਮੈਨੂੰ ਮਜ਼ਾ ਆਇਆ ਦੁਬਾਰਾ ਕਰੀ ਪਾ ਤੇ ਜੇ ਗੱਲ ਮੰਨਦੀ ਕਿਸੇ ਨੂੰ। ਪੁੱਤਰ ਤੈਨੂੰ ਕਿਉਂ ਨਹੀਂ ਇਸ ਗੱਲ ਦੀ ਸਮਝ ਆਉਂਦੀ ਕਿ ਤੂੰ ਪਹਿਲੇ ਤੇਰਾ ਨਾਂ ਲਿਖ ਲਓ, ਯਾਦ ਰਹੇਗਾ ਜੀ। ਕੱਟ ਪਾ ਰਿਕਸ਼ੇ ਵਾਲਾ ਲਿਖ ਲਿਆ ਪੁੱਤਰ, ਕੱਟ ਪਾ ਰਿਕਸ਼ੇ ਵੀ ਪਾਵਾਂ। ਰਿਕਸ਼ਾ ਵੀ ਪਾਵਾਂ ਇਸ? ਜੀ ਜੀ। ਜਗ੍ਹਾ ਹੈ ਨਹੀਂ ਰਿਕਸ਼ੇ ਦੀ। ਪਾਪਾ ਕੱਟਦਾ ਸਰ, ਕੱਟ ਪਾ ਚੋ ਸਰ, ਕੱਟ ਪਾਪਾ ਸੀ ਨਾ ਸਰ। ਨਹੀਂ ਤੂੰ ਕੱਢ ਲੈ ਪਾਪਾ ਵਿੱਚੋਂ, ਪਾਪਾ ਵੀ ਕੱਢ ਲੈ, ਮਾਤਾ ਵੀ ਕੱਢ ਲੈ ਆਪਣੀ। ਪਿੱਪਲ ਦੇ ਸੁੱਕੇ ਪੱਤੇ ਵਰਗਾ ਮੂੰਹ ਹੈ ਭੈਣ ਜੀ ਦਾ। ਓਏ ਉਹ ਪੁੱਤਰ ਤੂੰ ਕਿਉਂ ਕਿਉਂ ਬਕਵਾਸ ਕਰੀ ਜਾਂਦਾ? ਤੇ ਤੈਨੂੰ ਸਰ ਮੇਰੇ ਨਾਂ ਦਾ ਮਜ਼ਾਕ ਉਡਾਇਆ ਤੁਸੀਂ। ਪੁੱਤਰ ਇਹ ਵੀ ਤਾਂ ਦੇਖ ਕੇ ਦੁਨੀਆ ਦਾ ਕਿੰਨਾ ਉੱਡਿਆ ਹੋਇਆ ਤੇਰਾ ਅੱਗੇ, ਹੋਰ ਕਿੰਨਾ ਕਢਾਉਣਾ ਤੇਰਾ। ਨਾਲੇ ਗੁੱਸਾ ਨਾ ਕਰੋ, ਮੂੰਹ ਦਾ ਵੀ ਤਾਂ ਉਡਾਇਆ ਸੀ ਨਾ। ਕੀ ਕਹਿਆ ਭੈਣ ਜੀ ਨੇ ਦੱਸਣ ਬਾਅਦ ਲਿਖ ਕੇ ਦੱਸ। ਖਰਚ ਕਰੀ ਯਾਰ, ਹੱਥ ਨਹੀਂ ਪਹੁੰਚ ਰਿਹਾ। ਹੈਂ? ਖਰਚ ਕਰੀ ਯਾਰ। ਤੇ ਪੁੱਤਰ ਜਦੋਂ ਉਹਨੇ ਹੱਥ ਲਾਇਆ ਤਾਂ ਸੜ ਜਾਣਾ ਹੀ ਉੱਥੋਂ। ਤੁਸੀਂ ਕਰ ਸਰ ਇੱਕ ਪੰਜਾ ਜਾਣਾ ਤੇਰੇ ਖਰ ਕਰ ਇੱਧਰ ਤੇਰੇ ਖਰਚ ਕਰ ਕਰ, ਹੱਥ ਨਹੀਂ ਪਹੁੰਚ ਰਿਹਾ ਜੀ। ਸਰ ਇੱਕ ਪੰਜਾ ਜਾ ਨਹੀਂ ਆਉਂਦਾ, ਉਹਨੂੰ ਕਿ ਉਹ ਲੈ ਲੈ। ਆਹੋ ਉਹਦੇ ਨਾਲ ਖੁਰਕ ਲੱਗਦੀਆਂ ਏ। ਤੈਨੂੰ ਪਤਾ ਤੇਰੀ ਜ਼ਿੰਦਗੀ ਦੇ ਵਿੱਚ ਕਿੰਨੀ ਜਗ੍ਹਾ ਇਹੋ ਜਿਹੇ ਕਿੰਨੇ ਮੂਮੈਂਟ ਇਹੋ ਜਿਹੇ ਆਣੇ ਜਿੱਥੇ ਤੇਰਾ ਹੱਥ ਨਹੀਂ ਪਹੁੰਚਣਾ? ਉਹ ਤਾਂ ਬੜੇ ਆਣੇ ਜੀ, ਬਹੁਤ ਆਣੇ। ਤੇ ਫਿਰ ਇਸ ਗੱਲ ਨੂੰ ਤੂੰ ਕਿਉਂ ਨਹੀਂ ਐਕਸੈਪਟ ਕਿਉਂ ਨਹੀਂ ਕਰ ਲੈਂਦਾ? ਹੁਣ ਮੈਂ ਕਰਾਂ ਕੀ ਜੀ? ਕਰਨਾ ਕੀ? ਇੱਕ ਪੰਜਾ ਲੈ, ਉਹ ਜਿਹੜਾ ਸੀ ਖਰਗਾ ਨਹੀਂ ਹੁੰਦਾ ਤੇ ਅੱਗੇ ਨਿੱਕਾ ਜਿਹਾ ਹੱਥ ਲੱਗਾ ਹੁੰਦਾ, ਉਹ ਖੁਰਕ ਦੇ ਕੰਮ ਵੀ ਆਜੂਗਾ, ਕੁੰਡੀ ਵੀ ਲਾ ਲਿਆ ਕਰੀ, ਹੋਰ ਜੋ ਤੂੰ ਤੇਰੇ ਪਰਸਨਲ ਕੰਮ ਨੇ ਸਾਰੇ ਉਹ ਕਰ ਸਕਦਾ ਤੂੰ। ਆ ਤੇ ਨਾਲੇ ਐਂ ਵੀ ਕਰ ਜਾ, ਯੋ ਯੋ ਉਸੇ ਹੱਥ ਨਹੀਂ। ਆ ਵਧੀਆ ਕੀਤਾ ਤੁਸੀਂ, ਉਹਦੇ 'ਚ ਅੰਗੂਠਾ ਹੀ ਨਹੀਂ ਹੁੰਦਾ ਜੀ, ਉੱਦਾਂ ਤਾਂ ਚਾਰ ਹੁੰਦੀਆਂ ਉਹ, ਬਸ ਅੰਗੂਠਾ ਲੁਕੋ ਕੇ ਕਹਿੰਦਾ ਯੋ ਯੋ। ਨਵੀਂ ਗੱਲ ਕਰਦਾ ਭਾਈ, ਨਵੀਂ ਗੱਲ ਕਰਦਾ। ਉਹ ਤੇਰੇ ਨਾਲ ਤਾਂ ਮੈਂ ਬਾਅਦ 'ਚ, ਉਹ ਤੂੰ ਦੱਸ ਓਏ ਤੂੰ ਕੀ ਕਹਿਣ ਡਿਆ ਸੀ ਕਿ ਬਈ ਸਾਡਾ ਹੱਕ ਹੈ ਇੱਥੇ ਰੱਖ। ਹਾਂ ਕਿਹੜੀ ਕਿਹੜਾ ਹੱਕ ਚਾਹੀਦਾ ਤੈਨੂੰ? ਜੋ ਤੁਹਾਨੂੰ ਹੱਕ ਮਿਲਦਾ ਸਰਕਾਰ ਵੱਲੋਂ ਮੈਨੂੰ ਵੀ ਮਿਲਣਾ ਚਾਹੀਦਾ ਜੀ। ਛੜੇ ਬੰਦੇ ਨੂੰ ਕੋਈ ਹੱਕ ਮਿਲਣਾ ਚਾਹੀਦਾ ਜੀ। ਉਹ ਆਪਣਾ ਅਹੁਦਾ ਦੇਖ, ਸਾਡਾ ਅਹੁਦਾ ਦੇਖ, ਤੂੰ ਕਿੱਧਰ ਮਿਕਸ ਮੈਚ ਕਰਨ ਡਿਆ ਪੁੱਤਰ? ਬਾਹਰਲੇ ਮੁਲਕਾਂ 'ਚ ਛੜੇ ਬੰਦੇ ਨੂੰ ਉਹ ਗਿਆ ਕਿੱਥੇ ਸੀ ਤੇ ਤੂੰ ਕਿਤੇ ਕੀ ਮਤਲਬ ਕੋਈ ਹੱਕ ਹੁੰਗ ਮੰਗਣ ਬਾਹਰ ਕਿਤੇ ਗਿਆ ਹੈ? ਨਹੀਂ ਹੈ, ਬਾਹਰਲੇ ਮੁਲਕਾਂ 'ਚ ਹੱਕ ਮਿਲਦਾ ਜੀ। ਅੱਛਾ ਤੇ ਉੱਥੋਂ ਲੈ ਲਾ ਜਾ ਕੇ ਨਿਕਲ ਬਾਹਰ। ਫਿਰ ਸਾਰੇ ਨੂੰ ਇੱਕ ਸ਼ਰਤ ਦੇ ਹੱਕ ਦਿਓ, ਜੇ ਇਹਨੂੰ ਕਹਿ ਵੀ ਆਪਣੀ ਤਲੀ ਤੇ ਵਿੱਚ ਨਿੰਬੂ ਰੱਖ ਕੇ ਪੂਰਾ ਮੀਚ ਕੇ ਦਿਖਾਵੇ। ਜਾ ਨਿੰਬੂ ਲਿਆ ਬਾਹਰ, ਲਿਆ ਨਿੰਬੂ। ਨਿੰਬੂ ਗੋਲਾ ਓਏ, ਨਿੰਬੂ ਜੋ ਕਹਿਣ ਡਿਆ ਓ ਪੁੱਤਰ, ਨਿੰਬੂ ਹੁੰਦਾ ਨਿੰਬੂ, ਨਿੰਬੂ ਪੰਜਾਬੀ ਚ ਨਿੰਬੂ ਕਹਿੰਦੇ ਜੀ। ਬੂਨੀ ਵਰਗਾ ਮੂੰਹ ਆ ਪੁੱਤਰ ਤੇਰਾ, ਉਹ ਕੀ ਹੁੰਦਾ ਜੀ? ਬੂਨੀ ਬੂਨੀ ਬੋਲ, ਨਿਬੂੜਾ 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 ਬੋਲ, ਬੋਨੀ ਬੋਲਦੀ ਰੱਖਾਂ ਨੇ ਬੋਨੀ ਬੋਲਦੀ ਤੇਰੇ ਤੇ ਤੇਰਾ ਯਾਰ ਕੋਈ ਗੱਲ ਕਿਤੇ ਵੀ ਨਿਬੜਾ ਨਿਬੜਾ ਜੋ ਮਨ ਕਰਦਾ ਕਰ। ਹੈਲੋ ਓ ਯਾਰ ਉਧਰ ਵੀ ਗੱਲ ਕਰੋ, ਕਿਹੜੇ ਪੈਸੇ ਖਰਚੇ? ਹੈਲੋ ਫੂਕ ਮਾਰ ਰਿਹਾ ਬਾਈ, ਸਤਿ ਸ੍ਰੀ ਅਕਾਲ ਬਾਈ, ਕਿਵੇਂ ਹੋ? ਹੈਲੋ ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਵੀਰੇ, ਵਧੀਆ ਬਾਈ। ਸਾਹ ਚੜੇ ਕੀ ਭੱਜ ਰਹੇ ਹੋ, ਦੌੜ ਲਾ ਰਹੇ ਹੋ ਬਾਈ ਜੀ? ਕੀ ਨਾਮ ਨਾਮ ਕੀ ਹੈ ਤੁਹਾਡਾ? ਨਾਮ ਕੀ ਹੈ? ਜਸ ਵੀਰੇ, ਹੋਰ ਜਸ ਵੀਰੇ ਇਟਲੀ ਵਾਲੇ ਹੋ, ਕਿੱਦਾਂ ਠੀਕ ਹੋ? ਬਸ ਵਧੀਆ। ਤਾਂ ਤੇ ਭਾ ਕਿੱਦਾਂ ਲੱਗਦਾ ਫਿਰ ਸ਼ੋ? ਭਾ ਪੂਰਾ ਕੈਮ ਯਾਰ, ਸਿਰਾ ਲਾਈ ਜਾਂਦੇ ਭਾ ਪਿੱਛੋਂ ਤੁਸੀਂ ਅੰਮ੍ਰਿਤਸਰ ਵਾਲੀ ਸਾਈਡ ਤੋਂ? ਮੈਂ ਕਿਹਾ ਪਿਛਲੇ ਮਤਲਬ ਇੱਥੋਂ ਇੰਡੀਆ ਤੋਂ ਅੰਮ੍ਰਿਤਸਰ ਵਾਲੀ ਸਾਈਡ ਤੇ ਹੋ? ਨਾ ਭਾ ਮੈਂ ਦੁਆਬੇ ਤੋਂ ਹਾਂ ਯਾਰ। ਅੱਛਾ 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 ਅੱਛਾ, ਦੁਆਬੇ ਤੋਂ ਹੋ ਤੇ ਵਧੀਆ। ਹੋਰ ਪਿੱਛੇ ਮਿੱਤਰ ਵੀ ਬੈਠਾ? ਕਿਹੜਾ ਭਰਾ? ਤੁਹਾਡਾ ਮਿੱਤਰ ਨਹੀਂ ਹੈਗਾ ਪਿੱਛੇ ਆਵਾਜ਼ ਆਉਂਦੀ? ਭਰਾ ਆ?
ਸ਼ੁਕਰੀਆ ਜੀ ਬਹੁਤ ਬਹੁਤ ਮੇਹਰਬਾਨੀ ਭਾਜੀ ਤੁਹਾਡੀ ਧੰਨਵਾਦ ਤੁਸੀਂ ਟਾਈਮ ਕੱਢ ਕੇ ਫੋਨ ਕੀਤਾ ਔਰ ਅੱਜ ਪਹਿਲੀ ਵਾਰੀ ਲੱਗਦਾ ਤੁਹਾਡੀ ਕਾਲ ਲੱਗੀ ਬਸ ਜੁੜੇ ਰਹਿਣਾ ਸ਼ੋਅ ਦੇ ਨਾਲ ਤੇ ਕਰਦੇ ਰਹਿਣਾ ਕਾਲ ਹਾਂ ਓਏ ਫੇਰ ਅੱਛਾ ਕਿਹੜੇ ਹੱਕਾਂ ਦੀ ਗੱਲ ਕਰ ਰਿਹਾ ਸੀ ਦੱਸੀ ਮਤਲਬ ਕਿਸ ਹੱਕ ਤੇ ਤੂੰ ਹੱਕ ਮੰਗ ਰਿਹਾ ਮੈਨੂੰ ਉਹ ਤੇ ਕਲੀਅਰ ਕਰ ਥੋੜਾ ਜਿਹਾ ਇਸ ਹੱਕ ਤੇ ਜੀ ਇਹ ਕਿਹੜਾ ਹੱਕ ਹੋਇਆ ਮਤਲਬ ਮੇਰੇ ਹੱਕ ਤੇ ਮੈਨੂੰ ਹੱਕ ਮਿਲਣਾ ਚਾਹੀਦਾ ਜੀ ਤੂੰ ਕੀਤਾ ਕੀ ਆ ਓਏ ਕਿਹੜਾ ਤੂੰ ਗਰੀਬਾਂ ਨੂੰ ਕੰਬਲ ਵੱਢ ਕੇ ਆਇਆ ਕਿ ਜਾਂ ਵੀ ਤੈਨੂੰ ਮੁਆਵਜ਼ਾ ਦੇਈਏ ਜਾਂ ਤੈਨੂੰ ਹੱਕ ਦੇਈਏ ਤੇਰਾ ਮਤਲਬ ਉਹਨਾਂ ਨੂੰ ਹੀ ਮਿਲਦਾ ਜੀ ਬਿਲਕੁਲ ਉਹਨਾਂ ਨੂੰ ਮਿਲਦਾ ਬੇਟਾ ਮੈਂ ਕੰਬਲ ਕਿਵੇਂ ਵੰਡਾ ਮੇਰੇ ਕੋਲ ਕੁਝ ਹੈ ਹੀ ਨਹੀਂ ਜੀ ਖੁਰਕ ਜੀ ਆ ਖੁਰਕ ਵੰਡਿਆ ਲੋਕਾਂ ਨੂੰ ਕੱਪੜੇ ਪਾੜ ਕੇ ਵੰਡਦੇ ਆਪਣੇ ਉਹਦੇ ਨਾਲ ਕੀ ਹੋਣਾ ਸਿਰਫ ਐਸਾ ਸੀ ਵੰਡਦੇ ਸਿਰ ਕੁਝ ਤੇ ਵੰਡੂਗਾ ਤੇ ਕੱਪੜਿਆਂ ਦਾ ਕੀ ਕਰਨਾ ਮਤਲਬ ਲੋਕੀ ਕੀ ਕਰੂਗੇ ਮੇਰੇ ਕੱਪੜਿਆਂ ਦਾ ਜੀ ਤੇ ਤੂੰ ਕੀ ਕਰਦਾ ਆਪਣੇ ਕੱਪੜਿਆਂ ਦਾ ਮੈਂ ਤੇ ਪਾਉਣਾ ਮੇਰੀ ਤਾਂ ਡਰੈਸ ਪੁੱਤਰ ਦੁਨੀਆ ਤੇ ਕੀ ਕਰਦਾ ਮੈਂ ਤੂੰ ਚੱਲ ਕਿਉਂ ਨਹੀਂ ਜਾਂਦਾ ਇੱਥੋਂ ਦੀ ਸਾਨੂੰ ਕਹਿ ਕਿਉਂ ਨਹੀਂ ਦਿੰਦਾ ਕਿ ਮੈਂ ਚੱਲਿਆ ਜੀ ਮੈਨੂੰ ਅੱਜ ਤੋਂ ਬਾਅਦ ਤੁਹਾਨੂੰ ਸ਼ਕਲ ਨਹੀਂ ਦਿਖਾਉਂਦਾ ਜਾਵਾਂ ਹਾਂ ਨਿਕਲ ਜਾ ਪੁੱਤਰ ਤੈਨੂੰ ਤਾਂ ਬਹੁਤ ਦੇਰ ਪਹਿਲੇ ਚੱਲ ਜਾਣਾ ਚਾਹੀਦਾ ਸੀ ਦੇ ਦਿਓ ਜੀ ਪੈਸੇ ਤੇਰੇ ਤੋਂ ਬਾਅਦ ਦੁਨੀਆ ਦਾ ਕੀ ਕੀ ਹਾਲ ਹੋਣ ਡਿਆ ਤੈਨੂੰ ਸਮਝ ਨਹੀਂ ਆਉਣ ਡਈ ਬੇੜਾ ਕਰਕੇ ਜਾਣ ਡਿਆ ਦੁਨੀਆ ਦਾ ਬੇੜਾ ਕਰਕੇ ਆਈ ਇਦੋਂ ਤਾਂ ਮੈਂ ਠੀਕ ਹੀ ਆ ਉਹ ਦੇ ਦਿਓ ਜੀ ਪੈਸੇ ਬੱਚੇ ਨੂੰ ਕਿਹੜੇ ਪੈਸੇ ਉਹ ਜਿਹੜਾ ਹੱਕ ਮੰਗਣ ਡਿਆ ਦੇ ਦਿਓ ਪਰੇ ਤੂੰ ਦੇ ਦੇ ਮੈਂ ਤਾਂ ਹਜੇ ਕਮਾਈ ਨਹੀਂ ਚੈਨ ਵਰਗਾ ਤੇਰਾ ਮੂੰਹ ਆ ਹੱਕ ਮੰਗਣ ਡਿਆ ਮੂੰਹ ਕੋਲ ਹੀ ਥੋੜਾ ਕੰਮ ਲੰਗੋ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਪਹਿਲੀ ਬੇਟੇ ਕੀ ਹਾਲ ਚਾਲ ਆਂਟੀ ਜੀ ਪਹਿਲੀ ਬੇਟੇ ਕਿੱਦਾਂ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਠੀਕ ਹੋ ਹਾਂਜੀ ਠੀਕ ਠਾਕ ਹਾਂ ਤੁਸੀਂ ਸੁਣਾਓ ਬਹੁਤ ਵਧੀਆ ਦੇਖ ਲਓ ਅੱਜ ਵੀ ਮੁੰਡਾ ਜਾਣ ਕੇ ਕਰਨ ਡਿਆ ਇਦਾਂ ਆਵਾਜ਼ ਹੈ ਨਹੀਂ ਇਦਾਂ ਹਾਂ ਦੇਖਦੀ ਆ ਕੱਲ ਵਾਲਾ ਟੋਪੀ ਮੈਂ ਨਹੀਂ ਆਇਆ ਅੱਜ ਆਇਆ ਕੱਲ ਤੁਸੀਂ ਫੋਰ ਮੈਂ ਹਾਂ ਅੱਜ ਪਤਾ ਨਹੀਂ ਕੀ ਬਾਤ ਹੈ ਕੱਲ ਇਹ ਟੋਪੀ ਵਾਲਾ ਸੀ ਸਤਿ ਸ਼੍ਰੀ ਅਕਾਲ ਵਾਲਾ ਹੁੰਦਾ ਸੀ ਬੋਲਦਾ ਹੀ ਉੱਤਰ ਉਹ ਹਾਂ ਉਹਦੀ ਤਾਂ ਸਮਝ ਨਹੀਂ ਆਂਟੀ ਤਾਂ ਹੀ ਉਹਦਾ ਕੰਮ ਬੰਦ ਹੋ ਗਿਆ ਕੱਲ ਤੁਹਾਡੇ ਅੰਕਲ ਨੂੰ ਕਿਹਾ ਹੋਇਆ ਟੈਲੀਫੋਨ ਕਰਨ ਦਾ ਉਹਨੇ ਵੀ ਦੁਬਾਰਾ ਟੈਲੀਫੋਨ ਕਰਦਾ ਕਹਿੰਦੇ ਬੜਾ ਵਧੀਆ ਪ੍ਰੋਗਰਾਮ ਲੱਗਦਾ ਅੱਛਾ ਜੀ ਜਿੱਥੇ ਮਿੱਤਰਾਂ ਨੇ ਕੋਕੇ ਚਲੋ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਆਂਟੀ ਜੀ ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਔਰ ਇੱਦਾਂ ਤੁਸੀਂ ਸ਼ੋਅ ਦੇ ਵਿੱਚ ਕਾਲ ਕਰਦੇ ਰਹਿਣਾ ਜੀ ਸਰ ਸਾਡੇ ਮਹੱਲੇ ਅੱਜ ਮੇਲਾ ਲੱਗਾ ਸੀ ਉਹੀ ਮੱਲਾ ਗਲੀ ਏਰੀਆ ਉਹੋ ਜਿਹੀਆਂ ਗੱਲਾਂ ਅੱਛਾ ਮੇਲਾ ਜੀ ਕਿਤੇ ਵੀ ਲੱਗ ਸਕਦਾ ਨਾ ਅੱਛਾ ਫੇਰ ਮੇਲਾ ਸਰ ਲੱਗਾ ਮੇਲਾ ਦਾ ਪੁੱਤਰ ਤੁਹਾਡੇ ਪਰਿਵਾਰ 'ਚ ਬਥੇਰਾ ਲੱਗਾ ਹੁੰਦਾ ਰੋਜ਼ ਤਾਂ ਕਲੇਸ਼ ਹੁੰਦਾ ਉੱਥੇ ਅੱਛਾ ਇਹ ਉਹੀ ਲਵ ਯੂ ਮੈਡਮ ਆ ਕਿਹੜੀ ਜਿਹੜੀ ਗੱਟਰ ਤੇ ਭੰਗੜਾ ਪਾਉਂਦੀ ਸੀ ਉਹ ਪੁੱਤਾ ਬੰਦਾ ਕਿਤੇ ਸਾਈਡ ਤੇ ਵੀ ਪਾਉਂਦਾ ਤੂੰ ਗੱਟਰ ਤੇ ਦੇਖ ਲਿਆ ਇਹਨੂੰ ਜੀ ਜਿੱਥੇ ਦੇਖਿਆ ਮੈਂ ਤਾਂ ਇੱਕ ਸਟੈਪ ਮੇਰਾ ਉੱਥੇ ਸੀ ਸਰ ਇੱਕੋ ਸਟੈਪ ਦੇਖ ਕੇ ਚੱਲ ਜਾਣਾ ਹੈ ਹਾਂ ਹਾਂ ਉਹ ਤਾਂ ਹੀ ਮੈਨੂੰ ਲੱਗਦਾ ਭੰਗੜਾ ਦੇਖ ਕੇ ਗੱਟਰ ਦੇ ਢੱਕਣ ਵਰਗਾ ਮੂੰਹ ਕਰ ਲਿਆ ਤੂੰ ਆਹੋ ਜੀ ਹੋ ਗਿਆ ਮੇਰੇ ਕੁੱਤੇ ਲੱਭੋ ਸਰ ਉਹ ਨਾ ਉੱਥੇ ਗੋਲੀ ਚੱਲ ਗਈ ਸਰ ਗੋਲੀ ਚੱਲ ਗਈ ਮੈਂ ਸਿਰ ਚਕਾਤਾ ਸਾਰਾ ਕੁਝ ਉਹ ਕਿਸ ਤਰ੍ਹਾਂ ਸਰ ਮੈਂ ਕਹਿਤਾ ਮੈਂ ਕਿ ਬੰਦ ਕਰੋ ਆ ਕਿ ਤਮਾਸ਼ਾ ਲਾ ਕੇ ਰੱਖਿਆ ਤੁਸੀਂ ਸ਼ਰਿਆਮ ਗੋਲੀਆਂ ਚਲਾ ਰਹੇ ਮੇਲੇ ਦੇ ਵਿੱਚ ਹਾਂ ਸਰ ਫਿਰ ਉਹਨਾਂ ਨੇ ਟੈਂਟ ਟੂੰਟ ਪੈਕ ਕੀਤਾ ਆਪਣਾ ਤੇ ਨਿਕਲ ਗਏ ਸਰ ਅੱਛਾ ਹਾਂਜੀ ਸਰ ਕੀ ਕੱਢ ਰਿਹਾ ਤੂੰ ਇਸ ਗੱਲ 'ਚ ਸਰ ਉਹ ਟੈਂਟ ਸੀ ਨਿਸ਼ਾਨੇ ਲਾਉਣ ਵਾਲੀ ਗੋਲੀ ਸੀ ਉਹਨਾਂ ਮੈਂ ਕਿਹਾ ਗੋਲੀ ਕਿੱਥੇ ਚਲਾਈ ਤੁਸੀਂ ਮੇਲੇ ਦੇ ਜਿੱਥੇ ਲੋਕੀ ਘੁੰਮ ਰਹੇ ਆ ਉਹ ਪੁੱਤਰ ਓਏ ਉਹ ਗੋਲੀ ਤੋਂ ਡਰ ਗਈ ਹੈ ਮੈਨੂੰ ਤਾਂ ਲੱਗਦਾ ਤੇਰੇ ਸਾਹਮਣੇ ਕੋਈ ਗੋਲੀ ਲੈ ਕੇ ਉਹਨੂੰ ਉਹਦੇ ਨਾਲ ਬੰਨ ਕੇ ਧੱਗ ਨਾ ਉਹ ਚਲਾਉਣ ਲੱਗ ਪਵੇ ਤੇ ਤੂੰ ਕਹਿਣਾ ਗੋਲੀ ਚੱਲ ਪਈ ਮੈਡਮ ਦੇ ਪਿੱਛੇ ਪਟਾਕਾ ਵੀ ਆਇਆ ਮੈਡਮ ਤਾਂ ਭੁੜਕ ਕੇ ਪੈਂਦੀ ਹੋਣੀ ਹੈ ਫਿਰ ਤਾਂ ਜੀ ਆਹੋ ਪੈਂਦੀ ਆ ਪਰ ਪੈਂਦੀ ਤਾਂ ਨੂੰ ਹੈਗਾ ਨਹੀਂ ਮੈਡਮ ਭੁੜਕੇ ਜਿਵੇਂ ਮਾੜਾ ਜਿਹਾ ਕਿੱਦਾਂ ਭੁੜਕਦੇ
ਰੋਂਗ ਆ ਜੀ ਰੋਂਗ ਅਗਲੀ ਵਾਰੀ ਤੈਨੂੰ 올림픽 ਚ ਭੇਜਣਾ ਮੈਂ ਉਹ ਵੱਡੀ ਗਰਾਊਂਡ ਨਹੀਂ ਹੈਗੀ ਜਿੱਥੇ ਦੌੜਦੇ ਆ ਹਾਂਜੀ ਉਹ ਸਾਰੀ ਗਰਾਊਂਡ ਤੇ ਪੋਚਾ ਤੂੰ ਮਾਰਨਾ ਉਹ ਸਾਰੀ ਤੇਰੇ ਕੋਲ ਸਾਫ਼ ਕਰਵਾਉਣੀ ਹੈ ਸਾਰੇ ਤੇਰਾ ਮੂੰਹ ਦੇਖੋ ਜੀ ਹਾਂ ਆਈ ਨਹੀਂ ਲੱਗਦਾ ਆਪਣਾ ਦੇਖ ਵੀਰੇ ਯਾ ਗਲਤਾਂ ਕਰ ਲੈਂਦੇ ਕੋਈ ਨਹੀਂ ਆਪਣਾ ਵੀ ਦੇਖ ਲੈਂਦਾ ਤੇਰੇ ਵਾਲੀ ਤੇ ਗੱਲ ਆਉਣ ਦੇ ਇਹ ਤਾਂ ਭੋਲਾ ਜਿਹਾ ਮੂੰਹ ਦੇਖੋ ਜੀ ਆਈ ਨਹੀਂ ਲੱਗਦਾ ਮੈਂ ਗਰੀਬ ਦੀ ਦਿਹਾੜੀ ਮਾਰ ਲਈ ਹੁੰਦੀ ਕਿੰਨੇ ਗੱਲ ਸਹੀ ਹੈ ਯਾਰ ਤਾਈਓ ਦਾ ਹੱਕ ਮੰਗਣ ਦੇ ਆਪਣੇ ਹਾਂ ਹਾਂ ਦਿਓ ਜੀ ਇਹਦਾ ਹੱਕ ਜਿੰਨਾ ਦਿਨਾਂ 2-3 ਰੁਪਏ ਬੰਦ ਦੇ ਅੱਛਾ ਆਪਣਾ ਦੇਖਿਆ ਤੂੰ ਮੂੰਹ ਹਾਂਜੀ ਹਾਂਜੀ ਇਹਦਾ ਤੇ ਹੁੰਦਾ ਨਾ ਜਿੱਦਾਂ ਗਰੀਬ ਦੀ ਦਿਹਾੜੀ ਮਾਰ ਲਈ ਹੁੰਦੀ ਆ ਤੇਰਾ ਮੂੰਹ ਇਦਾਂ ਜਿੱਦਾਂ ਮਜ਼ਦੂਰ ਦਿਹਾੜੀ ਤੇ ਗਿਆ ਹੁੰਦਾ ਤੇ 5 ਵਜੇ ਦਾ ਕੰਮ ਵੀ ਕੀਤਾ ਹੁੰਦਾ ਤੇ ਜਦੋਂ ਉਹਨੂੰ 5:30 ਦੀ ਛੁੱਟੀ ਹੋਣੀ ਤੇ 5:15 ਉਹਨੇ ਠੇਕੇਦਾਰ ਤੋਂ ਛਿੱਤਰ ਖਾਦੇ ਹੁੰਦੇ ਆ ਤੇ ਨਾ ਦਿਹਾੜੀ ਲੈ ਕੇ ਗਿਆ ਹੁੰਦਾ ਤੇ ਨਾ ਉਹਨੂੰ ਕੁਝ ਮਿਲਦਾ ਉਦਾਂ ਦੀ ਸ਼ਕਲ ਆ ਪੁੱਤਰ ਤੇਰੀ